ਜਨਾਬ ਜੱਟ ਕੀਮਾ ਜਦੋਂ ਮਲਕੀ ਦਾ ਮਕਲਾਵਾ ਲੈਣ ਵਾਸਤੇ ਗਿਆ ਤੇ ਮਲਕੀ ਨੂੰ ਵੀ ਪਤਾ ਸੀ ਅੱਜ ਮੇਰੇ ਕੀਮੇ ਨੇ ਆਉਣਾ। ਉਸੇ ਵੇਲੇ ਜਾ ਕੇ ਪਿੱਪਲਾਂ ਦੇ ਨਾਲ ਪੀਂਘਾਂ ਪਾ ਲਈਆਂ। ਜਿਸ ਵੇਲੇ ਮਲਕੀ ਨੇ ਪੀਂਘ ਦਾ ਹੁਲਾਰਾ ਲਿਆ ਤੇ ਨਾਲ ਹੀ ਜੱਟ ਕੀਮੇ ਦੀ ਘੋੜੀ ਦਾ ਚਮਕਾਰਾ ਪਿਆ। ਜਨਾਬ ਕੀਮਾ ਸੋਹਣਾ ਬਹੁਤ ਸੀ, ਮਲਕੀ ਨੂੰ ਆਪਣੇ ਹੁਸਨ ਦਾ ਮਾਣ ਸੀ। ਇੱਕ ਜਾਂਦੇ ਰਾਈ ਨੂੰ ਆਵਾਜ਼ਾਂ ਮਾਰਦੀ ਆ ਭਲਾ ਕਿਹੜਾ ਜਵਾਬ ਕਰਕੇ ਦੱਸਦੀ ਹੈ ਬਈ।